महापुरुख साहब आखिन कोटन में नानक को, पर जी ऐसा महापुरुख न मिले फिर क्या करिए। फिर साहब आखिन संत जना का छोरा, कोई रिश्तेदार है बाप ओदा सिर पे नहीं, तेरे घर ब्याह है तू की आखेगा, चलो बच्चा आ गया भी त्यो दिखा के लगी। संत जना का छोरा तुझ चरणी लाग, इससे बदले के मायाधारी छत्रपत तिन छोड़ो त्याग। संतन का दाना रूखा तो सर्व निधान, ये सत्संग कर दिया महापुरुखां दी सेवा विच लगिया, ये रुखा दाना नसीब होया, ये पदार्थां दी इच्छा ना कर, ये दाना तेनु सुखदाई होएगा और पदार्थ खाते तेरे मन विच विकार पैदा कर। संतन का दाना रूखा सो सर्व निदान, ग्रह ताकत छत्ती प्रकार से दिखु समान। भक्त जना का लूगरा मोटा चुल्ला कपड़ा खद्दर दा घर बुनिया होया, भक्त जना का लूगरा ओज नगन न होई, ते साकत सिर पाओ रेशमी पैरत पत खोई, क्योंकि साकत स्यो मुख जोली है अद विचो टूटे, हर जन की सेवा जो करे इत उत छूटे, करे सब कुछ तुम ही ते हो। आप बनत बनाई दर्शन भेटत साध का नानक गुण गाई, ये तेनु बहुतिया निशानियां ना आवन संत दिया, ता इको पल्ले बन लै तेरी, जिस वेले तेनु महापुरुष मिलेगा तेरा मन वाहिरु दे गुण गावन लग जाए। ये पक्की गवाही, ये पक्की निशानी, जिस कोल बैठे हैं जिसते बचन सुन दिया जिसकी संगत कीते हैं, मन साई दे गुण नहीं गांदा जानो है संत नहीं। इस विच संत दी कोई रुमक है जे इसकी सेवा संगत नाल सानू चित आ जाए श्रीवास, यदि वाहिगुरु चित आ गया तो सब कुछ मिल गया। कोई प्रेमी सी रोज दा नितनेम, बिना चिर किसे नू छकांदा नहीं आप छकदा नहीं, जिस वे रोटी पकनी घरवाली ने आखना जी प्रसाद छको, तो इसने बूहे ते आन खलोना,
ਜਿਹੜਾ ਕੋਈ ਗਲੀ ਚੋਂ ਲੰਘਿਆ ਇਹਨੇ ਹੱਥ ਜੋੜ ਕੇ ਕਹਿਣਾ ਬਈ ਪ੍ਰਸ਼ਾਦ ਛੱਡ। ਜਾਣੂ ਨੂੰ ਨਹੀਂ ਬਈ ਇਹ ਮੇਰਾ ਜਾਣੂ ਹੈ, ਨਹੀਂ ਕੋਈ ਵੀ ਲੰਘ ਪਵੇ ਹੁਣ ਜਾਣੂ ਹੋ ਹੱਥ ਜੋੜ ਕੇ ਅੰਦਰ ਲਿਆਵਣਾ ਔਰ ਬੜੇ ਪਿਆਰ ਨਾਲ ਪ੍ਰਸ਼ਾਦ ਤੇ ਫਿਰ ਆਪ ਖਾਣਾ। ਇਹ ਨਿੱਤ ਦਾ ਨੇਮ ਸੀ, ਖਾਣੇ ਕਾ ਸਵਾਦ ਪਹਿਲੇ ਔਰ ਕੋ ਖਵਾਈਏ, ਖਾਣ ਦਾ ਸਵਾਦ ਹੀ ਤਾਂ ਹੈ ਜੇ ਪਹਿਲਾਂ ਕਿਸੇ ਨੂੰ ਖਵਾ ਕੇ ਖਾਈਏ। ਇੱਕ ਦਿਨ ਨਾਰਦ ਜੀ ਆ ਗਏ, ਇਹ ਦਲੀਜਾਂ ਤੇ ਖੜੋਤਾ ਸੀ, ਹੱਥ ਜੋੜੇ ਆਓ ਭਗਵਾਨ ਜੀ ਆਏ ਹਨ, ਬੜੀ ਕਿਰਪਾ ਕੀਤੀ, ਆਓ ਦਰਸ਼ਨ ਦਿਓ, ਪ੍ਰਸ਼ਾਦ ਤਿਆਰ ਹੈ। ਨਾਰਦ ਜੀ ਆ ਗਏ ਨੇ, ਆਸਨ ਵਿਛਾਇਆ, ਬੈਠ ਗਏ। ਜਿਸ ਵੇਲੇ ਪ੍ਰਸ਼ਾਦ ਛਕਾਇਆ, ਨਾਰਦ ਜੀ ਬੜੇ ਪ੍ਰਸੰਨ ਹੋਏ, ਕਿਉਂ ਬਈ ਤੂੰ ਕਿਵੇਂ ਖੜੋਤਾ ਸੀ? ਅਖੇ ਜੀ ਮੇਰਾ ਨਿਤਨੇਮ ਹੈ, ਕੋਈ ਵੀ ਲੰਘੇ ਮੈਂ ਪ੍ਰਸ਼ਾਦ ਜ਼ਰੂਰ ਛਕਾਂਗਾ, ਕਿਉਂਕਿ ਦਾਣਾ ਪਾਣੀ ਤਾਂ ਵਾਹਿਗੁਰੂ ਦਾ ਤੇ ਸਿੱਖ ਦੀ ਤਾਂ ਟਹਿਲ ਸੇਵਾ। ਇਹ ਟਹਿਲ ਸੇਵਾ ਦਾ ਰੋਜ਼ ਰੋਜ਼ ਮੌਕਾ ਬਣੇ ਕਿਹੜੇ ਭਾਗ ਹਨ, ਤੇ ਜੇ ਕੋਈ ਚਾਹੇ ਤਾਂ ਰੋਜ਼ ਬਣਾ ਸਕਦਾ। ਮੈਨੂੰ ਬਜ਼ੁਰਗਾਂ ਤੋਂ ਇਹੀ ਮਤ ਮਿਲੀ ਹੈ ਮਹਾਰਾਜ, ਇਸ ਵਾਸਤੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਮੈਂ ਕਿਸੇ ਨੂੰ ਛਕਾਂਦਾ ਹਾਂ। ਅੱਜ ਭਾਗ ਜਾ ਕੇ ਆਪ ਦੇ ਦਰਸ਼ਨ ਹੋਏ, ਇਹ ਘਰਵਾਲਾ ਤੇ ਨਾਲ ਇਸਦੀ ਘਰਵਾਲੀ ਦੋਵੇਂ ਬੈਠੇ ਹਨ। ਨਾਰਦ ਨੇ ਧੱਕਿਆ, ਵਿਹੜੇ ਵਿੱਚ ਕੋਈ ਬਾਲ ਨਹੀਂ ਖੇਡਦਾ, ਬਾਲ ਬੱਚਾ ਕਿ ਨਹੀਂ ਮਹਾਰਾਜ, ਬਾਲ ਬੱਚਾ ਸੁੱਖ ਇਸੇ ਵਾਸਤੇ ਪ੍ਰਸ਼ਾਦ ਛਕਾਉਂਦੇ ਆ। ਆਖਿਆ ਜੀ ਫਿਰ ਸੱਚੀ ਗੱਲ ਹੈ, ਇੱਛਾ ਤਾਂ ਮਨ ਵਿੱਚ ਹੀ ਹੈ, ਕਿਉਂਕਿ ਪਦਾਰਥ ਤਾਂ ਬੜਾ ਹੈ, ਪਦਾਰਥ ਦਾ ਘਾਟਾ ਕੋਈ ਨੀ, ਅੱਗੋਂ ਬੱਚਾ ਕੋਈ ਨੀ, ਬਾਲ ਬੱਚਾ ਕੋਈ ਨੀ। ਇਸ ਵਾਸਤੇ ਸੋਚਿਆ ਜੇ ਕਦੀ ਕੋਈ ਮਹਾਂਪੁਰਖ ਪ੍ਰਸੰਨ ਹੋ ਗਿਆ, ਸ਼ਾਇਦ ਰੇਖ ਵਿੱਚ ਮੇਖ ਮਰ ਜਾਏ, ਤੇ ਜੇ ਨਾ ਵੀ ਬਾਲ ਬੱਚਾ ਹੋਇਆ ਤਾਂ ਧਨ ਤਾਂ ਲੇਖੇ ਲੱਗੇਗਾ। ਨਾਰਦ ਨੂੰ ਬੜੀ ਦਇਆ ਆਈ, ਉਹਨੇ ਆਖਿਆ ਫਿਰ ਅੱਛਾ ਮੈਂ ਤੁਹਾਨੂੰ ਪੁੱਤਰ ਦਾਨ ਕਰਦਾ। ਨਾਰਦ ਨੇ ਅੱਖਾਂ ਮੀਟੀਆਂ, ਮਸਤਕ ਰੇਖਾ ਪੜ੍ਹੀ ਤੇ ਫਿਰ ਅੱਖਾਂ ਖੋਲੀਆਂ ਤੇ ਆਖਿਆ ਤੁਹਾਡੇ ਤਾਂ ਕਰਮਾਂ ਚ ਲਿਖਿਆ ਹੀ ਕੋਈ ਨੀ ਆਇਆ, ਰਜਾ ਕੇ ਨਿਰਾਸ਼ ਨਾ ਹੋਵੋ, ਮੇਰੀ ਪਹੁੰਚ ਬਹੁਤ ਦੂਰ ਤੱਕ ਹੈ, ਤੁਸੀਂ ਨਹੀਂ ਜਾਣਦੇ ਮੈਂ ਕੌਣ ਹਾਂ, ਮੈਂ ਨਾਰਦ ਭਗਵਾਨ ਹਾਂ, ਮੈਂ ਬ੍ਰਹਮਾ ਦਾ ਪੁੱਤਰ ਹਾਂ। ਉਹ ਜਿਹੜਾ ਲਿਖਾਰੀ ਹੈ ਨਾ ਬ੍ਰਹਮਾ, ਜਿਹਨੂੰ ਵਿਧਾਤਾ ਇੱਕ ਦਿਨ ਵਿਧਾਤਾ ਨੇ ਲਿਖਿਆ ਹੀ ਨਹੀਂ, ਉਹ ਵਿਧਾਤਾ ਬ੍ਰਹਮੇ ਦਾ ਨਾਮ ਹੈ, ਮੈਂ ਉਸਦਾ ਪੁੱਤਰ ਹਾਂ, ਮੈਂ ਆਪਣੇ ਪਿਤਾ ਕੋਲੋਂ ਲਿਖਾ ਕੇ ਲਿਆਉਂਦਾ। ਨਾਰਦ ਬੈਠਾ ਬੈਠਾ ਹੀ ਸਮਾਧੀ ਲੱਗ ਗਿਆ ਤੇ ਪਿਤਾ ਦੇ ਕੋਲ ਪਹੁੰਚਿਆ। ਬ੍ਰਹਮਾ ਜੀ ਨੇ ਤੱਕਿਆ, ਆਓ ਬੇਟਾ ਕਿਸ ਤਰ੍ਹਾਂ? ਅਖੇ ਜੀ ਉਹ ਇਸਤਰੀ ਪੁਰਖ ਹਨ, ਉਹਨਾਂ ਦੇ ਬਾਲ ਬੱਚਾ ਕੋਈ ਨੀ, ਮੈਂ ਉਹਨਾਂ ਦੀ ਮਸਤਕ ਰੇਖਾ ਪੜ੍ਹੀ ਆ, ਉੱਥੇ ਲਿਖਿਆ ਨਹੀਂ, ਤੁਹਾਡੇ ਕੋਲ ਆਇਆ ਤੁਸੀਂ ਲਿਖ ਦਿਆ। ਬ੍ਰਹਮਾ ਨੇ ਆਖਿਆ ਬੇਟਾ ਮੈਂ ਲਿਖ ਦਿਆ, ਮੈਂ ਖੁਦ ਮੁਖਤਿਆਰ ਨਹੀਂ ਬਈ ਜੋ ਮਰਜ਼ੀ ਲਿਖੀ ਜਾਵਾਂ, ਮੈਨੂੰ ਤਾਂ ਜਿਵੇਂ ਹੁਕਮ ਹੁੰਦਾ ਮੈਂ ਤਿਵੇਂ ਲਿਖਦਾ, ਇਹਨਾਂ ਵਾਸਤੇ ਹੁਕਮ ਹੈ ਹੀ ਨਹੀਂ, ਮੈਂ ਲਿਖਾ ਕਿਵੇਂ? ਹਾਂ ਜੇ ਭਗਵਾਨ ਵਿਸ਼ਨੂੰ ਸਿਫਾਰਿਸ਼ ਕਰ ਦੇਣ ਤਾਂ ਵੱਡੀ ਗੱਲ ਕੋਈ। ਨਰਦ ਜੀ ਵਿਸ਼ਨੂੰ ਦੇ ਪਾਸ ਗਏ ਕਿ ਮਹਾਰਾਜ ਇੱਕ ਬੇਨਤੀ ਹੈ, ਉਹਨਾਂ ਬੜੀ ਸੇਵਾ ਕੀਤੀ ਹੈ, ਮੈਂ ਪ੍ਰਸੰਨ ਹੋਇਆ, ਬਚਨ ਦੇ ਬੈਠਾ ਪਰ ਉਹਨਾਂ ਦੇ ਮਸਤਕ ਤੇ ਲਿਖਿਆ ਨਹੀਂ ਤੇ ਮੇਰਾ ਪਿਓ ਲਿਖਦਾ ਨਹੀਂ, ਜੇ ਤੁਸੀਂ ਨਾਲ ਰਲ ਜਾਓ ਮਿਲ ਕੇ ਕੋਈ ਤਰਕੀਬ ਸੋਚੋ ਤੇ ਕੱਢ ਲਓ ਕੋਈ ਐਸਾ ਢੰਗ ਜਿਸ ਗਰੀਬ ਦੀ ਝੋਲੀ ਭਰ ਦੇ। ਉਹ ਇੱਕ ਬੱਚੇ ਨੂੰ ਪਿਆ ਸਹਿਕਦਾ, ਇੱਕ ਪੁੱਤਰ, ਤੁਹਾਡੇ ਅੱਗੇ ਕਿਹੜੀ ਵੱਡੀ ਗੱਲ ਹੈ? ਵਿਸ਼ਨੂੰ ਮਹਾਰਾਜ ਨੇ ਆਖਿਆ ਨਾਰਦ ਅਣਹੋਣੀਆਂ ਗੱਲਾਂ ਨਾ ਕਰਿਆ ਕਰ, ਜੇ ਉਹਨਾਂ ਦੇ ਕਰਮ ਹੁੰਦੇ ਐਸੇ ਤਾਂ ਉਹਨਾਂ ਨੂੰ ਪਹਿਲਾਂ ਹੀ ਮਿਲ ਜਾਂਦਾ, ਉਹਨਾਂ ਦੇ ਕਰਮ ਐਸੇ ਹੈ ਨੀ। ਨਹੀਂ ਤੂੰ ਇੱਕ ਜਨਮ ਦੀ ਗੱਲ ਪਿਆ ਕਰਨਾ, ਇਹਨਾਂ ਦੇ ਸੱਤਾਂ ਜਨਮਾਂ ਵਿੱਚ ਪੁੱਤਰ ਨਹੀਂ ਲਿਖਿਆ ਹੋਇਆ, ਐਵੇਂ ਨਾ ਔਖਾ ਹੁੰਦਾ ਫਿਰ ਇਹ ਨਾ ਬ੍ਰਹਮਾ ਲਿਖਣਾ ਹੀ ਤੇ ਨਾ ਮੈਂ ਕੁਝ ਆਖਣਾ। ਨਾਰਦ ਦੀ ਸਮਾਧੀ ਖੁੱਲੀ, ਕਹਿਣ ਲੱਗਾ ਬਈ ਪ੍ਰੇਮੀਓ ਮੈਨੂੰ ਦਇਆ ਤਾਂ ਬੜੀ ਆਈ ਸੀ ਪਰ ਮੈਂ ਬੇਬਸਾਂ ਕੁਝ ਕਰ ਨਹੀਂ ਸਕਦਾ, ਕਿਉਂਕਿ ਬ੍ਰਹਮਾ ਤੋਂ ਵੀ ਜਵਾਬ ਮਿਲਿਆ, ਵਿਸ਼ਨੂੰ ਭਗਵਾਨ ਨੇ ਵੀ ਜਵਾਬ ਦਿੱਤਾ, ਤੁਹਾਡੇ ਕਰਮਾਂ ਵਿੱਚ ਇੱਕ ਜਨਮ ਨਹੀਂ ਸੱਤਾਂ ਜਨਮਾਂ ਵਿੱਚ ਕੋਈ ਨਹੀਂ ਲਿਖਿਆ। ਉਹਨਾਂ ਆਖਿਆ ਅੱਛਾ ਮਹਾਰਾਜ, ਜਿਵੇਂ ਸਾਡੇ ਭਾਗ ਜਿਵੇਂ ਸਾਡੇ ਕਰਮ, ਜਿਵੇਂ ਬਾਣੀ ਵਿੱਚ ਆਖਿਆ ਦੋਸ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ। ਨਰਦ ਜੀ ਚਲੇ ਗਏ, ਉਸਦਾ ਨਿਤਨੇਮ ਨਾ ਖੁੱਲ ਗਿਆ, ਉਹ ਮੁੜ ਵੀ ਦਰੀਜਾਂ ਤੇ ਜਾ ਖੜੋਵੇ ਜਿਹੜਾ ਕੋਈ ਲੰਘੇ ਪ੍ਰਸ਼ਾਦ ਛਕਾਏ, ਅਸੀਂ ਤੇ ਛੱਡ ਬਹਿੰਦੇ ਹਾਂ, ਜਰਾ ਕੁਦਾਸੀ ਆਈ ਨਿਰਾਸ਼ਤਾ ਹੋਈ ਤਾਂ ਨਿਤਨੇਮ ਛੱਡ ਗਏ। ਭਾਗ ਉਹਨਾਂ ਨੂੰ ਲੱਗਦੇ ਹਨ ਜਿਹੜੇ ਨਿਤਨੇਮ ਕਾਇਮ ਰੱਖਦੇ ਹਨ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ।
ਉਸਨੇ ਨਿਤਨੇਮ ਨਹੀਂ ਛੱਡਿਆ, ਰੋਜ਼ ਬੂਹੇ ਤੇ ਜਾ ਖੜੋਂਦਾ, ਕੋਈ ਵੀ ਲੰਘਦਾ ਉਹਨੂੰ ਅੰਦਰ ਲਿਆਉਂਦਾ। ਇੱਕ ਦਿਨ ਇੱਕ ਮਹਾਂਪੁਰਖ ਆ ਗਏ ਜਿਨ੍ਹਾਂ ਦੀ ਅਵਸਥਾ ਸੀ ਰੰਗ ਅੱਥੇ ਰੰਗ ਰੋਵੇ ਚੁੱਪ ਵੀ ਕਰ ਜਾਏ ਪ੍ਰਵਾਹ ਨਾਈ ਕਿਸੇ ਕੇਰੀ ਬਾਜ ਸੱਚੇ ਨੇ। ਇਹਨੇ ਬੇਨਤੀ ਕੀਤੀ ਮਹਾਰਾਜ ਪ੍ਰਸ਼ਾਦ ਛਕੋ। ਉਹ ਦਿਆਲੂ ਅੰਦਰ ਆ ਗਏ, ਆਸਨ ਵਿਛਾਇਆ ਬਿਠਾਇਆ, ਜਿਸ ਵੇਲੇ ਪ੍ਰਸ਼ਾਦ ਛਕਾਇਆ ਤੇ ਫਿਰ ਮੱਥਾ ਟੇਕਿਆ। ਉਹਨਾਂ ਦੇ ਮੂੰਹੋਂ ਬਚਨ ਨਿਕਲਿਆ ਕੋਈ ਇੱਛਾ ਹੈ ਮਹਾਰਾਜ? ਇੱਛਾ ਤਾਂ ਸੀ ਪਰ ਹੁਣ ਤਾਂ ਅਸੀਂ ਮੂੰਹ ਬੰਦ ਕਰ ਗਏ, ਹੁਣ ਤਾਂ ਅਸੀਂ ਯਤਨ ਪੈ ਕਰਦੇ ਹਾਂ ਇੱਛਾ ਨੂੰ ਮਾਰ ਦੇਈਏ, ਕਿਉਂਕਿ ਇੱਛਾ ਪੂਰੀ ਨਹੀਂ ਹੁੰਦੀ, ਪਤਾ ਤਾਂ ਲੱਗੇ ਕਿਹੜੀ ਇੱਛਾ। ਮਹਾਰਾਜ ਇੱਛਾ ਤਾਂ ਸੀ ਪੁੱਤਰ ਦੀ ਪਰ ਨਰਦ ਜੀ ਆਏ ਸਨ, ਉਹਨਾਂ ਨੇ ਆਖਿਆ ਤੁਹਾਡੇ ਸੱਤਾਂ ਜਨਮਾਂ ਚ ਲਿਖਿਆ ਹੀ ਨਹੀਂ ਹੋਇਆ, ਇਸ ਵਾਸਤੇ ਹੁਣ ਅਸੀਂ ਇਹ ਇੱਛਾ ਕਿਸੇ ਅੱਗੇ ਪ੍ਰਗਟੀ ਨਹੀਂ ਕਰਦੇ, ਮੂੰਹ ਬੰਦ ਕੀਤਾ ਹੋਇਆ। ਤੁਸੀਂ ਪੁੱਛਿਆ ਤੇ ਗੱਲ ਕਹਿਣੀ ਪਈ, ਹੋਰ ਸਾਨੂੰ ਕੋਈ ਇੱਛਾ ਨਹੀਂ। ਆਖਣ ਲੱਗੇ ਕਿਤਨੇ ਚਾਹੀਦੇ ਆ, ਕਿਤਨੇ ਦਾ ਸਵਾਲ ਹੀ ਕੋਈ ਨੀ, ਭਗਵਾਨ ਸਾਡੇ ਤਾਂ ਕਰਮਾਂ ਚ ਨੀ ਲਿਖਿਆ ਹੋਇਆ। ਆਖਣ ਲੱਗੇ ਕਰਮਾਂ ਦੀ ਗੱਲ ਛੱਡੋ, ਕਿਤਨੇ ਮੰਗਦੇ ਹੋ? ਅੱਗੇ ਜੀ ਫਿਰ ਅਸੀਂ ਕਿਆ ਮੰਗਣੇ, ਜਿਤਨੇ ਚਾਹੁੰਦੇ ਹੋ ਦੇ ਜਾਓ। ਉਹਨਾਂ ਦੇ ਮਨ ਵਿੱਚ ਵੀ ਹੋਣਾ ਤਾਂ ਹੈ ਹੀ ਨਹੀਂ, ਜੇ ਕਰਮਾਂ ਚ ਨਹੀਂ ਲਿਖਿਆ ਤੇ ਕੌਣ ਦੇ ਸਕਦਾ। ਪਰ ਇਹ ਨਹੀਂ ਸੀ ਪਤਾ, ਹੋਣ ਹਾਰ ਕਾਲੇ ਸੰਤ ਮੂਹੇ ਕੋ ਜਿਵਾਲੇ ਸੰਤ ਸੰਤ ਕੇ ਨਿਕਾਲੇ ਪਾਈ ਫੇਰ ਨਾ ਉਹ ਪੱਤਾ। ਇੱਕ ਉਹ ਵੀ ਜਮਾਤ ਵਾਲੇ ਹਨ ਜਿਹੜੇ ਹੋਣੀਆਂ ਟਾਲ ਸਕਦੇ, ਜਿਹਨਾਂ ਅੱਗੇ ਕੁਦਰਤ ਨੂੰ ਬਦਲਾ ਦੇਣਾ ਕੋਈ ਵੱਡੀ ਗੱਲ ਨਹੀਂ, ਕਿਉਂਕਿ ਭਗਤਾ ਬਣ ਆਈ ਪ੍ਰਭ ਆਪਣੇ ਸਿਉ। ਜਿਹਦੀ ਐਡੀ ਬਣੇ ਆਵੇ ਉਹ ਘਰ ਵਿੱਚ ਜਾ ਕੇ ਜਿਸ ਵੇਲੇ ਜੋ ਮਰਜ਼ੀ ਆਖਦੇ ਨੇ, ਇਹ ਤਾਂ ਮਿੱਤਰਤਾ ਦੀ ਗੱਲ ਹੈ ਨਾ। ਫਿਰ ਬੋਲੋ ਸ੍ਰੀ ਵਾਹ। ਆਖਿਆ ਮਹਾਰਾਜ ਜਿਤਨੇ ਫਿਰ ਤੁਹਾਡੀ ਮਰਜ਼ੀ, ਸਾਨੂੰ ਕਿਆ ਪੁੱਛਦੇ। ਆਖਣ ਲੱਗੇ ਫਿਰ ਆਮ ਤੇ ਕਹਾਵਤ ਇਹ ਹੀ ਹੈ ਵੀ ਸੱਤ ਪੁੱਤਰੇ ਤੀ ਹੋਵੇ, ਸੱਤਾਂ ਤੋਂ ਘੱਟ ਕੀ ਦੇਣੇ ਨੇ, ਸੱਤ ਪੁੱਤਰ ਹੋਣਗੇ। ਅੱਛਾ ਮਹਾਰਾਜ ਮੱਥਾ ਟੇਕਿਆ, ਮਹਾਤਮਾ ਚਲੇ ਗਏ, ਇਹ ਸੋਚਦੇ ਨੇ ਚਲੋ ਮਹਾਤਮਾ ਦੀ ਗੱਲ ਹੋ ਗਈ, ਖੁਸ਼ੀ ਚ ਬੈਠੇ ਸਨ, ਖੁਸ਼ੀ ਆਪਣੀ ਕਰ ਗਏ ਪੂਰੀ, ਕਹਿ ਗਏ ਸੱਤ ਪੁੱਤਰੇ ਤੀ ਹੋਵੇ, ਹੋਣੇ ਕਿੱਥੋਂ। ਪ੍ਰਸਾਦ ਸਿੰਘ ਜਦੋਂ ਹੋਣ ਲੱਗੇ ਤਾਂ ਸੱਤ ਹੀ ਹੋਏ ਸੀ, ਹੁਣ ਤੇ ਆਨੰਦ ਬਣ ਗਿਆ, ਸਾਰਾ ਵੇਲਾ ਭਰਪੂਰ ਹੋ ਗਿਆ। ਪਰ ਨਿਤਨੇਮ ਮੁੜ ਵੀ ਨਹੀਂ ਛੱਡਿਆ ਵੀ ਬੱਚਿਆਂ ਦੇ ਮੋਹ ਵਿੱਚ, ਹੁਣ ਵਕਤ ਨਹੀਂ ਮਿਲਦਾ ਤੇ ਹੁਣ ਛੱਡੋ ਨਿਤਨੇਮ ਨੂੰ, ਕਿਉਂਕਿ ਇੱਛਾ ਪੂਰੀ ਹੋ ਗਈ। ਸਾਡੀ ਆਦਤ ਐਵੇਂ ਹੀ ਹੈ, ਜੇ ਸਾਡੀ ਇੱਛਾ ਪੂਰੀ ਹੋ ਜਾਏ ਤਾਂ ਵੀ ਛੱਡ ਜਾਂਦੇ ਹੈ, ਜੇ ਨਾ ਇੱਛਾ ਪੂਰੀ ਹੋਵੇ ਤੇ ਨਾਸਤਕ ਬਣ ਜਾਂਦੇ। ਮੁੜ ਵੀ ਬੂਹੇ ਤੇ ਜਾ ਖੜੋਵੇ, ਜਿਹੜਾ ਕੋਈ ਲੰਘੇ ਪ੍ਰਸ਼ਾਦ ਜ਼ਰੂਰ ਛਕਾਏ। ਇੱਕ ਦਿਨ ਨਰਦ ਜੀ ਆ ਗਏ, ਆਓ ਭਗਵਾਨ ਆਓ ਪ੍ਰਸ਼ਾਦ ਛਕਾਏ। ਨਰਦ ਨੇ ਹੌਕਾ ਲਿਆ, ਆਓ ਪ੍ਰੇਮੀ ਆਓ ਭਗਤਾ ਤੇਰੇ ਘਰ ਪ੍ਰਸ਼ਾਦ ਛਕੀਏ, ਛਕਦਿਆਂ ਸਵਾਦ ਵੀ ਬੜਾ ਆਇਆ ਸੀ, ਮੁੜ ਵੀ ਵਾਰ ਵਾਰ ਅਸੀਂ ਆਉਂਦੇ ਜੇ ਤੇਰੀ ਇੱਛਾ ਪੂਰੀ ਕਰ ਸਕਦੇ। ਸਾਨੂੰ ਬੜਾ ਦੁੱਖ ਹੈ ਤੇਰੇ ਕਰਮਾਂ ਨੂੰ ਵੇਖ ਕੇ, ਚੱਲ ਬਈ ਛਕਾ ਪ੍ਰਸ਼ਾਦ। ਇਸ ਵੇਲੇ ਅੰਦਰ ਆਏ ਤੇ ਪ੍ਰਸ਼ਾਦ ਛਕਿਆ, ਵਿਹੜੇ ਵਿੱਚ ਸੱਤ ਬੱਚੇ ਖੇਲਦੇ ਸਨ। ਨਰਦ ਨੂੰ ਵੇਖ ਕੇ ਬੜਾ ਦੁੱਖ ਹੋਇਆ, ਮਨ ਵੀ ਸੋਚਿਆ ਵਿਚਾਰੇ ਦੇ ਕਰਮਾਂ ਵਿੱਚ ਪੁੱਤਰ ਨਹੀਂ ਨਾ, ਤਾਂ ਹੀ ਗਵਾਂਢੀਆਂ ਦੇ ਬੱਚਿਆਂ ਨੂੰ ਸੱਜ ਕੇ ਵਿਚਾਰਾ ਮਨ ਭਰ ਜਾਂਦਾ। ਇਸ ਵੇਲੇ ਪ੍ਰਸ਼ਾਦ ਚੱਕ ਕੇ ਨਰਦ ਜਾਣ ਲੱਗਾ ਤੇ ਕਹਿੰਦਾ, ਅੱਛਾ ਬਈ ਇਸੇ ਆਰੇ ਲੱਗਾ ਰਹੋ, ਗਵਾਂਢੀਆਂ ਦੇ ਬੱਚੇ ਹੀ ਸੱਜ ਲੈ ਕਰ, ਇਸੇ ਤਰ੍ਹਾਂ ਤੇਰਾ ਮਨ ਪਰਚਿਆ ਰਹੇਗਾ, ਕਿਉਂਕਿ ਤੇਰੇ ਕਰਮਾਂ ਵਿੱਚ ਤਾਂ ਹੈ ਹੀ ਨਹੀਂ। ਉਹਨੇ ਆਖਿਆ, ਮਹਾਰਾਜ ਕਹੀ ਨਾ ਆਖੋ, ਇਹ ਮੇਰੇ ਕਰਮਾਂ ਦੇ ਹਨ, ਇਹ ਗਵਾਂਢੀਆਂ ਦੇ ਬੱਚੇ ਸਦਕੇ ਨਹੀਂ ਲਿਆਂਦੇ, ਇਹ ਮੇਰੇ ਆਪਣੇ ਹਨ। ਨਰਦ ਨੇ ਆਖਿਆ, ਅਣਹੋਣੀ ਗੱਲ, ਆਪਣੇ ਕਿਵੇਂ ਹੋ ਸਕਦੇ ਹਨ? ਮਹਾਰਾਜ ਕੋਈ ਦੇਣ ਵਾਲਾ ਆ ਗਿਆ, ਉਹਨੇ ਦੇ ਦਿੱਤੇ, ਉਹਨੂੰ ਵੀ ਮੈਂ ਪ੍ਰਸ਼ਾਦ ਛਕਾਇਆ, ਉਹਨੇ ਇੱਛਾ ਪੁੱਛੀ, ਮੈਂ ਤਾਂ ਦੱਸਦਾ ਨਹੀਂ ਸਾਂ, ਪਰ ਉਹ ਬੜਾ ਦਿਆਲੂ ਨਿਕਲਿਆ। ਉਹਨੇ ਆਖਿਆ, ਸੱਤ ਪੁੱਤਰੇ ਤੀ ਹੋਵੇ, ਮਹਾਰਾਜ ਸੱਤੇ ਹੀ ਸਨ। ਨਰਦ ਨੂੰ ਤਾਂ ਚੜਿਆ ਗੁੱਸਾ, ਕਹਿੰਦਾ ਜਰਾ ਠਹਿਰ ਗਿਆ, ਮੁੜ ਆਸਣ ਤੇ ਬਹਿ ਗਿਆ, ਲਾਈ ਸਮਾਧੀ ਤੇ ਗਿਆ ਪਿਓ ਦੇ ਕੋਲ। ਬ੍ਰਹਮਾ ਜੀ ਨੂੰ ਜਾ ਕੇ ਆਖਿਆ, ਇਹ ਕੀ ਮੇਰੇ ਆਖੇ ਇੱਕ ਨਹੀਂ ਕੀਤਾ ਤੇ ਉਸ ਫਕੀਰ ਦੇ ਆਖੇ ਸੱਤ ਜਾਂ ਦਿੱਤੇ ਨੇ? ਬ੍ਰਹਮਾ ਨੇ ਆਖਿਆ, ਮੈਂ ਕੁਛ ਨਹੀਂ ਕਰ ਸਕਦਾ, ਇਹ ਸਾਰੀ ਗੱਲ ਭਗਵਾਨ ਵਿਸ਼ਨੂੰ ਦੇ ਹੱਥ ਸੀ, ਉਹਨਾਂ ਨੂੰ ਜਾ ਕੇ ਪੁੱਛ। ਭਗਵਾਨ ਨੂੰ ਜਾ ਕੇ ਉਲਾਂਭਾ ਦਿੱਤਾ, ਮਹਾਰਾਜ ਮੇਰੇ ਆਖਿਆ ਇੱਕ ਨਹੀਂ ਕੀਤਾ ਤੇ ਉਹਦੇ ਆਖਿਆ ਸੱਤ। ਆਖਣ ਲੱਗੇ, ਨਾਰਦ ਦੀ ਸਿਫਾਰਿਸ਼ ਹੀ ਐਸੀ ਸੀ ਭਾਈ ਮੈਂ ਟਾਲ ਨਹੀਂ ਸਾ ਸਕਿਆ, ਉਹਦਾ ਕਹਿਣਾ ਮੈਂ ਮੋੜ ਨਹੀਂ ਸਾ ਸਕਦਾ। ਆਖਿਆ, ਮੈਥੋਂ ਹੀ ਵੱਡਾ ਭਗਤ ਸੀ,
ਤੁਸੀਂ ਆਪ ਮੇਰੀ ਭਗਤੀ ਦੀ ਕਈ ਵਾਰੀ ਤਾਰੀਫ ਕੀਤੀ ਹੈ ਤੇ ਉਹ ਮੇਰੇ ਨਾਲੋਂ ਵੀ ਵੱਡਾ ਸੀ। ਆਖਣ ਲੱਗੇ ਨਾਰਦ ਉਹ ਤੇਰੇ ਨਾਲੋਂ ਕੀ ਉਹ ਮੈਥੋਂ ਵੀ ਵੱਡਾ, ਪਰ ਤੂੰ ਵੇਖੇ ਬਿਨਾ ਨਹੀਂ ਸਮਝੇਗਾ, ਚੱਲ ਤੈਨੂੰ ਅੱਖੀਂ ਵਿਖਾਈ। ਨਾਲ ਲੈ ਕੇ ਨਾਰਦ ਨੂੰ ਜਿੱਥੇ ਜੰਗਲ ਵਿੱਚ ਉਹਦੀ ਝੁੱਗੀ ਸੀ ਉੱਥੇ ਪਹੁੰਚੇ ਰਾਤ ਅੱਧੀ, ਸਿਆਲ ਦੀ ਰਾਤ। ਭਗਵਾਨ ਕਹਿਣ ਲੱਗੇ ਨਾਰਦ ਝੁੱਗੀ ਦੇ ਬਾਹਰ ਬੂਹੇ ਤੇ ਖੜੋ ਕੇ ਆਵਾਜ਼ ਦੇ ਕਿ ਉਹ ਰਿਸ਼ੀ ਤੇਰੇ ਘਰ ਭਗਵਾਨ ਆਏ ਹਨ, ਫਿਰ ਜੋ ਕੁਝ ਹੋਵੇ ਤੂੰ ਆਪ ਵੇਖੀ। ਜਿਸ ਵੇਲੇ ਨਾਰਦ ਨੇ ਆਵਾਜ਼ ਦਿੱਤੀ ਰਿਸ਼ੀ ਤੇਰੇ ਘਰ ਭਗਵਾਨ ਆਏ ਹਨ, ਜਾਂ ਉਹਦੇ ਕੰਨੀ ਆਵਾਜ਼ ਪਈ ਭਗਵਾਨ ਆਏ ਹਨ, ਉਹਨੇ ਇਹ ਤਸੱਲੀ ਵੀ ਨਹੀਂ ਕੀਤੀ ਭਲਾ ਵੇਖਾਂ ਤਾਂ ਸਹੀ ਕੌਣ ਬੋਲਿਆ ਕਿ ਭਗਵਾਨ ਆਏ ਵੀ ਹਨ ਕਿ ਨਹੀਂ। ਭਗਵਾਨ ਦਾ ਨਾਮ ਸੁਣਦਿਆਂ ਹੀ ਐਡਾ ਚਾਹ ਚੜਿਆ ਤੇ ਮਨ ਵਿੱਚ ਆਈ ਐਡੀ ਠੰਡੀ ਰਾਤ ਵਿੱਚ ਭਗਵਾਨ ਆਏ ਹਨ ਤਾਂ ਸਭ ਤੋਂ ਪਹਿਲਾਂ ਕਿਹੜੀ ਸੇਵਾ ਕਰਾਂ, ਬਈ ਸਭ ਤੋਂ ਪਹਿਲਾਂ ਅੱਗ ਬਲ, ਭਗਵਾਨ ਆਏ ਹਨ ਪਹਿਲੇ ਅੱਗ ਛਕਾਵਾਂ ਫਿਰ ਕੋਈ ਸੇਵਾ ਪਿੱਛੋਂ। ਅੱਗ ਕਿਵੇਂ ਬਾਲਾਂ, ਲੱਕੜੀਆਂ ਗਿੱਲੀਆਂ ਹਨ, ਗਿੱਲੀਆਂ ਲੱਕੜਾਂ ਦੀ ਐਡੀ ਛੇਤੀ ਅੱਗ ਬਲਣੀ ਨਹੀਂ। ਦੀਵਾ ਪਿਆ ਜਗਦਾ ਸੀ, ਚੁੱਕ ਲਿਆ ਤੇ ਆਪਣੇ ਸਿਰ ਤੇ ਡੋਲ ਲਿਆ, ਸਿਰ ਤੇ ਉਲਟ ਲਿਆ ਤੇ ਅੱਗ ਲਾ ਦਿੱਤੀ ਤੇ ਸਰੀਰ ਜਿਸ ਵੇਲੇ ਵਲਣ ਲੱਗਾ ਤੇ ਆਵਾਜ਼ ਦਿੱਤੀ ਆਹ ਮਹਾਰਾਜ ਫਿਰ ਆ ਜਾ ਆਨੰਦ, ਅੱਗ ਬਲ ਰਹੀ ਹੈ ਆਹ ਸਿੱਖ। ਕਾਲੀ ਕਾਲੀ ਭਗਵਾਨ ਤੇ ਨਾਰਦ ਅੰਦਰ ਆਏ, ਨਾਰਦ ਨੇ ਆਖਿਆ ਇਹ ਕੀ? ਭਗਵਾਨ ਨੇ ਜਾ ਜਲਵਕੜੀ ਪਾਈ, ਅੱਗ ਬੁਝਾਈ ਤੇ ਆਖਿਆ ਨਾਰਦ ਜੋ ਮੇਰੇ ਆਉਣ ਤੇ ਮੈਨੂੰ ਅੱਗ ਛਕਾਉਣ ਵਾਸਤੇ ਆਪਣੀਆਂ ਹੱਡੀਆਂ ਬਾਲ ਸਕਦਾ ਉਹਦੇ ਆਖੇ ਸੱਤ ਪੁੱਤਰ ਕਿਹੜੀ ਗੱਲ ਹੈ? ਇਹਨੇ ਤਸੱਲੀ ਨਹੀਂ ਕੀਤੀ ਬਈ ਸੱਚਮੁੱਚ ਭਗਵਾਨ ਆਏ ਵੀ ਹਨ ਕਿ ਕਿਸੇ ਨੇ ਐਵੇਂ ਗੱਲ ਆਖੀ ਹੈ। ਇਤਨਾ ਵਿਕਿਆ ਮੇਰੇ ਨਾਮ ਤੋਂ ਕਿ ਮੇਰਾ ਨਾਮ ਸੁਣਦਿਆਂ ਹੀ ਆਪਣੇ ਸਰੀਰ ਨੂੰ ਬਾਲਣ ਬਣਾ ਛੱਡਿਆ। ਜਿਹਨੇ ਆਪਣੇ ਸਰੀਰ ਦਾ ਸਰਪਾ ਮੇਰੀ ਪੂਜਾ ਵਾਸਤੇ ਨਹੀਂ ਕੀਤਾ, ਨਾਰਦ ਨੂੰ ਤੂੰ ਹੀ ਦੱਸ ਮੈਂ ਤੇਰੇ ਆਖੇ ਲੱਗਾ ਕਿ ਇਹਦੇ ਆਖੇ ਲੱਗਾ। ਨਾਰਦ ਚਰਨਾਂ ਤੇ ਪੈਸੇ ਭਗਵਾਨ ਉਸ ਮਹਾਂਪੁਰਖ ਨੂੰ ਗਲਵਕੜੀ ਪਾਈ ਬੈਠੇ ਹਨ, ਮਹਾਂਪੁਰਖ ਚਰਨਾਂ ਨੂੰ ਚੁੱਕਦਾ ਉਹ ਗੱਲ ਨਾਲ ਲੈਂਦੇ ਹਨ। ਸਾਹਿਬ ਬੋਲੋ ਸ੍ਰੀ ਵਾਕਿਨ, ਇਹ ਲੱਖਣ ਹਨ ਸੰਤ ਦੇ ਕਿ ਸੰਤ ਆਪਣੇ ਸਾਈ ਤੋਂ ਵਿਕਿਆ, ਸੰਤ ਆਪਣੇ ਸਵਾਮੀ ਨੂੰ ਇੱਕ ਛਿਣ ਮਾਤਰ ਨਹੀਂ ਭੁੱਲ ਸਕਦਾ, ਜੇ ਭੁੱਲਦਾ ਤਾਂ ਫਿਰ ਸੰਤ ਮਰਦਾ ਹੈ, ਸੰਤ ਦਾ ਜੀਵਨ ਹੈ। ਜੋ ਐਡੀ ਯਾਦ ਵਿੱਚ ਪ੍ਰਵਿਰਤ ਹਨ ਉਹੀ ਸੰਤ ਹਨ। ਸੁਖਾਗਾ ਵਾਲਿਓ, ਗੁਰੂ ਕੇ ਪਿਆਰਿਓ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਮੇਰੇ ਬਾਬਾ ਜੀ ਦਾ ਇਹੀ ਸੰਦੇਸ਼ਾ ਹੈ। ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਨਾਮ ਜਪਦੇ ਹਰ ਜਸ ਵਿੱਚ ਆਣ ਕੇ ਜੁੜੋ, ਇਨ ਵਾਹਿਗੁਰੂ ਕੇ ਸਿੱਖ ਦਾ ਲੋਕ ਸੁਖੀ ਹੁੰਦਾ ਔਰ ਪ੍ਰਲੋਕ ਹੁੰਦਾ ਸੁਹੇਲਾ। ਵਾਹਿਗੁਰੂ ਜੀ ਕਾ ਖਾਲਸਾ।